वेलकम टू खन्ना न्यूज़ लाइव। केंद्र सरकार वालों लागू किए खेती कानूनों खिलाफ 1 अक्टूबर तो आरंभ रेल रोकू आंदोलन से वक्-वक् थावां ते चल रहे किसान संघर्ष दौरान अज स्थानक रेलवे स्टेशन ते वक्-वक् किसान मजदूर जथेबंदियां साबका सैनिक आड़ती एसोसीएशन मुनीम यूनियन गायक ते कलाकार एसोसीएशन वालों सांझे तौर ते शिरकत की गई और केंद्र की भाजपा सरकार खिलाफ जोरदार नारेबाजी करते हुए मोदी सरकार का पिट स्यापा किया गया। इस दौरान रेलवे स्टेशन ते रोस मार्च करते हुए किसान मजदूर ते होर जथेबंदियां दे आगू वड्डे रोस काफले विच ललहेड़ी रोड चौंक तो हुंदे होए जीटी रोड गुरु अमरदास मार्केट दे अग्गे मोदी सरकार दा पुतला फूक के भाजपा सरकार खिलाफ जोरदार नारेबाजी की। इस मौके इकट्ठ नूं संबोधन करदिआं धरने दी अगवाई कर रहे भारतीय किसान यूनियन दे प्रधान रजिंदर सिंह बैनीपाल, अमृतपाल सिंह राजेवाल, तेजिंदर सिंह तेजी राजेवाल, यूथ विंग दे प्रधान गुरदीप सिंह भट्टी, रजिंदर सिंह कोटपनेज, जगतार सिंह कुलार अते मीत प्रधान जसवंत सिंह बीजा ने कहा कि मोदी सरकार दियां गलत ते लोक मारू नीतियां कारण देश दी आर्थिकता पहला ही डामाडोल हुंदी आई है अते हुण खेती कानूनां नूं लिया के मोदी सरकार ने किसान दी पिठ ते छूरा मारिया है। उन्हां कहा कि जेकर अजे भी किसान जागरूक ना हुंदे तां पंजाब दी कांग्रेस सरकार वालों यह बिल सूबे विच कदों दा लागू करवा दिता जांदा। ਸੈਂਟਰ ਸਰਕਾਰ ਨੇ ਕਾਲਾ ਕਾਨੂੰਨ ਬਣਾਇਆ ਉਹਦੇ ਵਿਰੋਧ ਦੇ ਵਿੱਚ ਅਜੇ ਤੱਕ ਮੋਦੀ ਸਰਕਾਰ ਦੇ ਕੰਮ ਤੇ ਜੂਨ ਚੁੱਕੀ ਅੱਜ ਸਾਰੇ ਪੰਜਾਬ ਦੇ ਵਿੱਚ ਮੋਦੀ ਦਾ ਫੁੱਟ ਸਾਈਕਲਾ ਹੁੰਦਾ ਜਾ ਰਿਹਾ ਹੈ। ਅੱਜ ਥਾਣਿਆਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਆੜ੍ਹਤੀਆਂ ਵੱਲੋਂ ਮਜ਼ਦੂਰਾਂ ਵੱਲੋਂ ਮੋਦੀ ਦਾ ਪੁਤਲਾ ਫੁੱਕਿਆ ਗਿਆ ਹੈ ਅਤੇ ਉਹਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਤੈਂ ਸਾਡੇ ਇਹ ਜਿਹੜੇ ਕਾਲਾ ਕਾਨੂੰਨ ਬਣਾ ਫਾਸਲਾ ਲਏ ਤਾਂ ਅੱਗੇ ਵਾਸਤੇ ਸੁਧਾਰ ਚਾਹੇ ਬਹੁਤ ਤੇਜ਼ ਹੋਰ ਤੇਜ਼ ਕੀਤਾ ਜਾਊ। ਉਹ ਜਥੇਬੰਦੀਆਂ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਕਿ ਗਵਰਨਰ ਦੇ ਸਿਗਨੇਚਰ ਕਰਾਉਣੇ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਪਤਾ ਕਿਵੇਂ ਕਰਾਉਣੇ ਨੇ ਅਸੀਂ ਆਪ ਤਾਂ ਕਰਵਾ ਲਾਂਗੇ ਲੇਕਿਨ ਕਿਸਾਨਾਂ ਦੇ ਹੱਕ 'ਚ ਸਰਕਾਰ ਨੂੰ ਸੈਸ਼ਨ 'ਚ ਮਤਾ ਪਾਉਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਵੀ ਹਜੇ ਤੱਕ ਸਰਕਾਰ ਨੇ ਰਾਜਨੀਤੀ ਕੀਤੀ ਹੈ ਇਹਨਾਂ ਕਾਨੂੰਨ? ਬਿਲਕੁਲ ਜੋ ਹੋਇਆ ਰਾਜਨੀਤੀ ਹੀ ਹੋਈ ਹੈ। ਜੇਕਰ ਕਿਸਾਨ ਆਪ ਜਾਗਰੂਕ ਹੋ ਕੇ ਸੜਕਾਂ 'ਤੇ ਲਿਆਉਂਦੇ ਤਾਂ ਸ਼ਾਇਦ ਸਟੇਟ 'ਚ ਇਹਨੂੰ ਕਦੋਂ ਦੇ ਲਾਗੂ ਕਰ ਚੁੱਕੇ ਹੁੰਦੇ ਲੇਕਿਨ ਜ਼ੋਰਦਾਰ ਕਿਸਾਨਾਂ ਨੇ ਸਮੇਂ ਨਾਲ ਜਾਗਰੂਕ ਹੋ ਕੇ ਇੱਥੇ ਨੂੰ ਲਾਗੂ ਨਹੀਂ ਹੋਣ ਦਿੱਤਾ। ਐਜ ਇਟ ਇਜ਼ ਸਾਡਾ ਜੇ ਫਾਰਮਾਂ ਦੇ ਫਸਲ ਤੋਲੀ ਜਾ ਰਹੀ। ਕਲਾਕਾਰ ਕਿਵੇਂ ਸਪੋਰਟ ਕਰ ਰਹੇ ਕਿਸਾਨ? ਪੰਜਾਬ ਦੇ ਸਾਰੇ ਕਲਾਕਾਰ ਹੀ ਇਹ ਕਿਸਾਨ ਮਾਰੂ ਬਿੱਲ ਦੇ ਵਿਰੁੱਧ ਨੇ। ਸਾਰੇ ਕਲਾਕਾਰ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੇ ਨੇ ਜੀ, ਸੜਕਾਂ 'ਤੇ ਬੈਠੇ ਨੇ, ਹਰ ਰੈਲੀ ਦੇ ਵਿੱਚ, ਹਰ ਧਰਨੇ ਦੇ ਵਿੱਚ ਕਿਸਾਨਾਂ ਦੇ ਕਲਾਕਾਰ ਜਿਹੜੇ ਅਸੀਂ ਨਾਲ ਹਾਂ। ਮੈਂ ਤਾਂ ਇੱਥੋਂ ਤੱਕ ਕਹਿਣਾ ਵੀ ਜਿਹੜਾ ਇਹ ਨਾਲ ਅੱਜ ਜਿੱਥੇ ਸਾਰੇ ਪੰਜਾਬ ਦੇ ਵਿੱਚ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ, ਉੱਥੇ ਮੋਦੀ ਦੇ ਪੁਤਲੇ ਫੂਕੇ ਨਾ ਜਿਹੜੇ ਆਰਡੀਨੈਂਸ ਜਾਰੀ ਕੀਤੇ ਅਸੀਂ ਉਹਨਾਂ ਦੇ ਵਿਰੁੱਧ ਹਾਂ। ਇਹਨਾਂ ਨੂੰ ਵਾਪਸ ਲੈਣਾ ਚਾਹੀਦਾ। ਮੈਂ ਕਹਿਣਾ ਜਿਹੜਾ ਦੁਸਹਿਰਾ ਹੈ ਕਿਸਾਨਾਂ ਨੂੰ, ਇੱਕ ਪਾਸੇ ਅੰਡਾਨੀ ਦਾ ਪੁਤਲਾ, ਇੱਕ ਪਾਸੇ ਅੰਬਾਨੀ ਦਾ, ਵਿਚਾਲੇ ਮੋਦੀ ਦਾ ਲਾ ਕੇ ਉਹਦੇ 10 ਸਿਰ ਨੇ, ਇਹਦੀ ਪੂਰੀ ਵਜ਼ਾਰਤ ਦਾ ਲਾ ਕੇ ਪੁਤਲੇ ਫੂਕਣੇ ਚਾਹੀਦੇ ਨੇ। ਅਸੀਂ ਇਹਨਾਂ ਆਰਡੀਨੈਂਸਾਂ ਦੇ ਵਿਰੁੱਧ ਹਾਂ। ਸਾਰੀ ਕਲਾਕਾਰ ਜਥੇਬੰਦੀ, ਕਲਾਕਾਰ ਭਾਈਚਾਰਾ ਕਿਸਾਨ ਯੂਨੀਅਨਾਂ ਦੇ ਨਾਲ ਹੈ। ਤੁਹਾਨੂੰ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਅਸੀਂ ਚੈਲੰਜ ਕਰ ਦੇਣਾ ਚਾਹੁੰਦੇ ਹਾਂ ਕਿ ਪਾਰਟੀਆਂ ਬੰਦਿਆਂ ਨਾਲ ਹੀ ਹੁੰਦੀਆਂ ਨੇ, ਪਾਰਟੀਆਂ ਨਾਲ ਬੰਦੇ ਨਹੀਂ ਹੁੰਦੇ। ਆਪਣੇ ਆਪਣੇ ਝੰਡੇ ਲਵੇਟ ਕੇ ਆਪਣੇ ਘਰਾਂ ਦੇ ਵਿੱਚ ਰੱਖ ਕੇ ਬੰਦਿਆਂ ਵਾਂਗੂ ਕਿਸਾਨ ਯੂਨੀਅਨਾਂ ਦੇ ਪਿੱਛੇ ਆ ਕੇ ਕਿਸਾਨਾਂ ਦੇ ਨਾਲ ਬੈਠ ਜਾਓ ਤਾਂ ਤੁਹਾਡੀ ਬੁਕਤ ਪਊਗੀ। ਨਹੀਂ ਤਾਂ 31 ਕਿਸਾਨ ਯੂਨੀਅਨਾਂ ਨੇ, 31 ਕਿਸਾਨ ਯੂਨੀਅਨਾਂ, ਇੱਕ ਇੱਕ ਲੇਡੀ, ਇੱਕ ਇੱਕ ਦਲਿਤ ਭਰਾ, ਇੱਕ ਇੱਕ ਆਪ ਪ੍ਰਧਾਨ, 93 ਬੰਦੇ ਬਣਦੇ ਆ, ਬਾਕੀ ਰਹਿ ਗਏ 24। 24 ਵੀ ਚੁਣੇ ਜਾਣਗੇ 117 ਦੇ 117 'ਤੇ। ਕਿਸਾਨ ਯੂਨੀਅਨ ਇਲੈਕਸ਼ਨ ਲੜਨ ਦਾ ਐਲਾਨ ਕਰ ਦੇਣ, ਇਹਨਾਂ ਦੀਆਂ ਨਾਸਾਂ 'ਚ ਦਮ ਆ ਜੂਗਾ ਰਵਾਇਤੀ ਪਾਰਟੀਆਂ ਦੇ। ਕਾਂਗਰਸ ਕੱਲੀ ਨਹੀਂ ਹੈਗੀ, ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਨਾਲ ਹੈ, ਕਾਂਗਰਸ ਵੀ ਹੈ। ਇਹ
सब तो पहला तो जरा किसान मजदूर का जोड़ा ये संघर्ष है इनू तार पीटो कर लगे हुए ने वो इन्हों हमैती नहीं है क्योंकि जे कांग्रेस सदर बुला चाहती होंगी तो राहुल गांधी पंजाब के नहीं आता। राहुल गांधी के घर तो मोदी का घर एक किलोमीटर के पैंता उन्होंने पंजाब आके सू सिक्ख्या देने की लड़ नहीं थी। इस करके जी कांग्रेस है आपदिया रोटियां सेक रही है बादल हो रही दिल्ली जाके सेक रहे हैं। इस करके जोड़े किसान ने मैं तो यही कहना जरा तो हिंदू सिख मुसलमान का भाईचारा साढ़े प्यार दे विच फर्क ना पवे क्योंकि साडा जिहड़ा यह बीजेपी है पंजाब दे विच उहनां दी इकाई है असीं उहनां नूं भी बेनती करते हैं कि तुसीं साडे ते ना डिपेंड होवो तुसीं जाके मोदी नूं समझाओ भी असीं एक एक थाली च रोटी खाने वाले परिवार हाँ एक बनाउंदे ने बीजदे ने असीं खाने ते कमाने आ। सो इस करके मेरी तो यही बेनती है कि बीजेपी सरकार संभल जाए 84-47-92 वाला माहौल ना पैदा होवे। अज साडा नौजवान हर वर्ग साडे किसान जथेबंदियों के नाल खड़ा तो खड़ा रहूगा जिन्ना मर्जी लंबा होवे चाहे तीन महीने होवे दो महीने होवे छे महीने होवे अभी चलांगे नाल। जिहड़े तीन साडे मौत दे वारंट कलम दी रोक दे नाल दिंदे ने डाक्टर पोची साहब ने मारिया असीं उहदे अगेंस्ट उन्होंने रद्द कराने लिए प्रोटेस्ट किया जा रहा है। एक तरीक तो लगातार असं रेलां रोक रहे हैं यूनियन के मतलब हुक्म के हिसाब नाल असं जो भी टूल प्लाजे ने वो रोक रहे हैं बीजेपी वालों के घर रोक रहे हैं असं सरकार से दबाव दबाव बना लगे असी लोगों के उन्होंने धनवादी जिन्हें ने सूँ बात दिता जिदा गायक कलाकार साड़िया कोई भी जथेबंदियों ने मतलब खब्बे पक्षी सज्जे पक्षी टीचर यूनियन या मतलब चंद्रा के वैटनरी डॉक्टर उन्होंने सारा ने सूँ साथ दिता असी उन्होंने बड़े धनवादी हाँ। ये प्रोग्राम एडा वा प्रोग्राम हो गया ये जित वाल बढ़ रहा इस चलाने लिए सू बड़ी शांति ना चलाना पौ साडा प्रोग्राम जित की वल बढ़ रहा तो जित के हटा के असं जिन्ना चर वापस नहीं होते उन्ना चर असी रेल नहीं खोलेंगे। ठीक है।